ਪੰਜਾਬੀ ਸਿੰਗਰ ਗੁਲਾਬ ਸਿੱਧੂ ਬੀਤੇ ਦਿਨ ਦੁਸ਼ਹਿਰੇ ਦੇ ਮੌਕੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ ਇੱਕ ਕਿਸਾਨ ਸਟੇਜ ਤੇ ਜਾਂਦਾ ਜਾਂਦੀ ਕੋਸ਼ਿਸ਼ ਕਰਦਾ ਤੇ ਗਾਇਕ ਦੇ ਜਿਹੜੇ ਬੌਂਸਰ ਨੇ ਉਹਨਾਂ ਨੇ ਕਿਸਾਨ ਨੂੰ ਧੱਕਾ ਮਾਰ ਦਿੱਤਾ ਜਿਸ ਕਰਕੇ ਕਿਸਾਨ ਦੀ ਪੱਗ ਉੱਤਰ ਗਈ ਤੇ ਜਿਸ ਤੋਂ ਬਾਅਦ ਵਿਵਾਦ ਵੱਧ ਗਿਆ ਤੇ ਗਾਇਕ ਨੂੰ ਆਪਣਾ ਭੱਜ ਕੇ ਖੜਾ ਛਡਾਉਣਾ ਪਿਆ ਉੱਥੋਂ ਉਹ ਰਫੂ ਚੱਕਰ ਹੋ ਗਿਆ ਮਾਹੌਲ ਕਾਫੀ ਖਰਾਬ ਹੋ ਗਿਆ ਮੌਕੇ ਤੇ ਪੁਲਿਸ ਬੁਲਾਏਗੀ ਤੇ ਹੁਣ ਕਿਸਾਨ ਤੇ ਕਿਸਾਨ ਦੇ ਪਰਿਵਾਰ ਤੇ ਉਹਦੇ ਸਾਥੀ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਬੌਂਸਰਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਪੂਰੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੱਲ ਖੰਨੇ ਦੀ ਹੈ ਕਿ ਪੰਜਾਬੀ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ 'ਚ ਹੰਗਾਮਾ ਹੋਇਆ ਬੌਂਸਰਾਂ ਨੇ ਕਿਸਾਨ ਦੀ ਪਾਗ ਤਾਰ ਦਿੱਤੀ ਤੇ ਫਿਰ ਸਟੇਜ ਤੋਂ ਧੱਕੇ ਵੀ ਮਾਰ ਗਏ ਜਿਸ ਕਰਕੇ ਕਿਸਾਨ ਦੀ ਪਾਗ ਹੀ ਨਹੀਂ ਲੱਤੀ ਬਲਕਿ ਉਹ ਡਿੱਗ ਪਿਆ ਖੰਨਾ ਦੇ ਲਲਹੇੜੀ ਰੋਡ ਤੇ ਦੁਸ਼ਹਿਰਾ ਕਰਵਾਇਆ ਜਾ ਰਿਹਾ ਦੁਸ਼ਹਿਰ ਦੇ ਮੌਕੇ ਰੰਗ ਰੰਗ ਪ੍ਰੋਗਰਾਮ ਸੀ ਤੇ ਇਸੇ ਤਰ੍ਹਾਂ ਜ਼ਬਰਦਸਤ ਹੰਗਾਮਾ ਹੋ ਗਿਆ ਪੰਜਾਬੀ ਗਾਇਕ ਗਲਾਪ ਸਿੱਧੂ ਲੋਕਾਂ ਦਾ ਮਨੋਰੰਜਨ ਕਰ ਰਹੇ ਸੀ ਤੇ ਉਹਦੇ ਚੱਲਦੇ ਸ਼ੋਅ 'ਚ ਹੰਗਾਮਾ ਜ਼ਬਰਦਸਤ ਹੋਇਆ ਫਿਰ ਉਹਨੂੰ ਵਿੱਚੇ ਹੀ ਪ੍ਰੋਗਰਾਮ ਛੱਡ ਕੇ ਭਜਣਾ ਪਿਆ ਸਟੇਜ ਤੇ ਚੜੇ ਗਾਇਕ ਦੇ ਬੌਂਸਰਾਂ ਨੇ ਗੁੰਡਾਗਰਦੀ ਦਿਖਾਈ ਗੁੰਡਾਗਰਦੀ ਕਰਦੇ ਉਹਨਾਂ ਨੇ ਪਹਿਲਾਂ ਕਿਸਾਨ ਨੂੰ ਧੱਕਾ ਮਾਰਿਆ ਉਹਦੀ ਪੱਗ ਵੀ ਲੱਤ ਗਈ ਜਦੋਂ ਕਿਸਾਨ ਦੇ ਹੱਕ ਵਿੱਚ ਉਹਦਾ ਮੁੰਡਾ ਅੱਗੇ ਆਇਆ ਤੇ ਉਹਨੂੰ ਵੀ ਧੱਕੇ ਮਾਰ ਕੇ ਸਟੇਜ ਤੋਂ ਹੇਠਾਂ ਸੁੱਟ ਦਿੱਤਾ ਜਿਸ ਕਰਕੇ ਮਾਹੌਲ ਕਾਫੀ ਉੱਥੇ ਜ਼ਬਰਦਸਤ ਹੰਗਾਮੇ ਦੇ ਰੂਪ ਵਿੱਚ ਧਾਰ ਗਿਆ ਮਾਹੌਲ ਵਿਗੜ ਗਿਆ ਤਣਾਅ ਵਧ ਗਿਆ ਪੁਲਿਸ ਮੌਕੇ ਤੇ ਬੁલાਉਣੀ ਪਈ ਜਿਹੜੀ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਕਿਸਾਨ ਅਤੇ ਉਸਦੇ بیٹے ਨੂੰ ਹੀ ਗਾयक ਦੀ ਸਟੇਜ ਤੇ ਜਾਣ ਤੋਂ ਰੁਕਿਆ ਗਿਆ ਸੀ ਜਦੋਂ ਉਹਨਾਂ ਨੇ ਕਿਹਾ ਕਿ ਉਹ ਇਸੇ ਜ਼ਮੀਨ ਦੇ ਮਾਲਕ ਨੇ ਤਾਂ ਬੌਂਸਰਾਂ ਦੇ ਨਾਲ ਬਹਿਸ ਹੋਈ ਤੇ ਬੌਂਸਰਾਂ ਨੇ ਫਿਰ ਗੁੰਡਾਗਰਦੀ ਦਿਖਾਈ ਜਿਹੜੇ ਨਾਲ ਤਨਾਤ ਬੌਂਸਰ ਸੀ ਉਹਨਾਂ ਨੇ ਬਜ਼ੁਰਗ ਕਿਸਾਨ ਨੂੰ ਵੀ ਧੱਕੇ ਮਾਰੇ ਜਿਸ ਕਰਕੇ ਉਹ ਥੱਲੇ ਡਿੱਗ ਪਿਆ ਤੇ ਉਹਦੀ ਪੱਗ ਵੀ ਲੱਤ ਗਈ ਜਦ ਕਿਸਾਨ ਦੀ ਪੱਗ ਲੱਥੀ ਤਾਂ ਉਹਦਾ ਬੇਟਾ ਅੱਗੇ ਭੱਜ ਗਿਆ ਜਦੋਂ ਬੇਟੇ ਨੇ ਵਿਰੋਧ ਕੀਤਾ ਤਾਂ ਫਿਰ ਗੁੰਡਾਗਰਦੀ ਬੌਂਸਰਾਂ ਦੀ ਨਹੀਂ ਰੁਕੀ ਜਿਹਦੇ ਚੱਲਦਿਆਂ ਪਹਿਲਾਂ ਕਿਸਾਨ ਨੂੰ ਫਿਰ ਉਹਦੇ ਬੇਟੇ ਨੂੰ ਵੀ ੱੱਕੇ ਮਾਰ ਗਏ ਜਿਸ ਕਰਕੇ ਉਸ ਟੀਜ ਤੋਂ ਉਹ ਵੀ ਹੀਠਾਂ ਡਿੱਗ ਪਿਆ ਤੇ ਜਿਸਦੇ ਚੱਲਦਿਆਂ ਉਹਦੀ ਵੀ ਪੱਗ ਉੱਤਰ ਗਈ ਉਹ ਜਿਹੜੀਆਂ ਤੁਸੀਂ ਤਸਵੀਰਾਂ ਦੇਖੋਗੇ ਇੱਕ ਬਜ਼ੁਰਗ ਜਿਹੜਾ ਹੀਠਾਂ ਬੈਠਾਏ ਨੇ ਉਸ ਤੋਂ ਬਾਅਦ ਕਾਫੀ ਹੰਗਾਮਾ ਵੱਧ ਗਿਆ ਕਿਸਾਨ ਦੇ ਸਾਥੀ ਲੋਕਾਂ ਨੇ ਫਿਰ ਭੀੜ ਦੇ ਵਿੱਚ ਟਰੈਕਟਰ ਲੈ ਕੇ ਉਹ ਸਟੇਜ ਦੇ ਨੇੜੇ ਪਹੁੰਚ ਗਏਗੇ ਇਸ ਘਟਨਾ ਤੋਂ ਬਾਅਦ ਵੱਡੀ ਗਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਸਟੇਜ ਦੇ ਨੇੜੇ ਪਹੁੰਚ ਗਏ ਜਿਸ ਤੋਂ ਬਾਅਦ ਗੁਲਾਬ ਸਿੱਧੂ ਨੂੰ ਆਪਣਾ ਪ੍ਰੋਗਰਾਮ ਸ਼ੋਅ ਰੋਕਣਾ ਪਿਆ ਹਾਲਤ ਕਾਫੀ ਵਿਗੜ ਚੁੱਕੇ ਸੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਲਾਬ ਸਿੱਧੂ ਸ਼ੋਅ ਛੱਡ ਕੇ ਭੱਜ ਗਿਆ ਪਰ ਕਿਸਾਨਾਂ ਨੇ ਉਹਦੀਆਂ ਕਈ ਜਿਹੜੀਆਂ ਨਾਲ ਗੱਡੀਆਂ ਸੀ ਉਹਨਾਂ ਨੂੰ ਰੋਕ ਲਿਆ ਸੂਚਨਾ ਮਿਲਣ ਤੋਂ ਬਾਅਦ ਖੰਨੇ ਦੀ ਐਸਐਸਪੀ ਅਸ਼ਵਨੀ ਗੁਟਿਆਲ ਸਮੇਤ ਕਈ ਅਧਿਕਾਰੀ ਮੌਕੇ ਤੇ ਪਹੁੰਚੇ ਕਿਸਾਨ ਤੇ ਉਹਦੇ ਪਰਿਵਾਰ ਹੁਣ ਮੰਗ ਕਰ ਰਹੇ ਨੇ ਕਿ ਬੌਂਸਰਾਂ ਦੇ ਖਿਲਾਫ ਸਖਤ ਤੋਂ ਸਖਤ ਧਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਜਾਵੇ ਉਹਦੇ ਇਸ ਮਸਲੇ ਦੀ ਜਾਂਚ ਕਰੇ ਐਸਪੀ ਗੌਰਵ ਜਿੰਦਲ ਨੇ ਕਿਹਾ ਕਿ ਦੋਨਾਂ ਧਿਰਾਂ ਨੂੰ ਬੁਲਾ ਕੇ ਜਾਂਚ ਕੀਤੀ ਜਾਊਗੀ ਔਰ ਜੋ ਵੀ ਕਾਰਵਾਈ ਹੋਏਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਿਹੜਾ ਕਸੂਰਵਾਰ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦ ਸਿੰਗਰਾਂ ਦੇ ਬੌਂਸਰ ਲੋਕਾਂ ਨੂੰ ੱਟਕੇ ਮਾਰਦੇ ਆ ਗਨੇ ਤੇ ਕੁਝ ਅਜਿਹੇ ਸਿੰਗਰ ਨੇ ਜਿਹੜੇ ਨਾਲ ਆਪਣੇ ਬੌਂਸਰ ਰੱਖ ਕੇ ਹੀ ਆਪਣੇ ਆਪ ਨੂੰ ਵੱਡੇ ਸਿੰਗਰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਲੋਕ ਪੈਸੇ ਦੇ ਕੇ ਬੁਲਾਉਂਦੇ ਨੇ ਉਲਟਾ ਇਹਨਾਂ ਦੇ ਬੌਂਸਰ ੱਟਕੇ ਮਾਰਦੇ ਆ ਜਿਸ ਤੋਂ ਬਾਅਦ ਜਿਹੜੀ ਸਥਿਤੀ ਕਾਫੀ ਵਿਗੜ ਜਾਂਦੀ ਆ ਤੇ ਹੁਣ ਇੱਕ ਕਿਸਾਨ ਜਿਸ ਦੀ ਜ਼ਮੀਨ ਤੇ ਪ੍ਰੋਗਰਾਮ ਹੋ ਰਿਹਾ ਸੀ ਪ੍ਰਬੰਧਕ ਸੀ ਉਹਦੇ ਨਾਲ ਹੀ ੱਟਕੇ ਮਾਰ ਗਏ ਪਗ ਉਤਾਰੀ ਗਈ ਜਿਸ ਕਰਕੇ ਮਾਮਲਾ ਕਾਫੀ ਪੱਕ ਗਿਆ ਇਲਾਜ਼ਮੀ ਤੌਰ ਤੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਨ ਦੀ ਜ਼ਰੂਰਤ ਹੈ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ